ਕਰਨੀ ਪਾਰਟੀ ਜਿਵੇਂ ਵਧੀਆ ਹੋ ਗਿਆ ਨੇ ਵੀ ਸਿੰਗਰਾ ਗਗਨ ਕੋਕਰੀ ਪਰਮੇਸ਼ ਵਰਮਾ ਜੱਸੀ ਗਿੱਲ ਵਰਗੇ ਕੋਈ ਦੱਸੇ ਪਟਿਆਲੇ ਤੋਂ ਟਿਕਟ ਪਾੜੂ ਕੋਈ ਮੋਗੇ ਤੋਂ ਪਾੜੂ ਇਹ ਹੋ ਗਏ ਵਿਹਲੇ ਓਏ ਭਰਾਵਾ ਆੜਾ ਦੇਖ ਕੇ ਇਹਨਾਂ ਨੂੰ ਸਾਵਲ ਕਰ ਸਿੰਗਰ ਇਹ ਕੰਮ ਨਹੀਂ ਕਰ ਸਕਦੇ ਹੁੰਦੇ ਇਹਨਾਂ ਕੋਲ ਤਾਂ ਬਾਂਸਰ ਬੂਸਰ ਜੇ ਹੁੰਦੇ ਤਾਂ ਪਹਿਲੀ ਗੱਲ ਫੋਟੋ ਨਹੀਂ ਖਿਚਾਉਣ ਦਿੰਦੇ ਇਹ ਆਮ ਲੋਕਾਂ 'ਚ ਕਿੱਥੇ ਵਗ ਜਾਣਗੇ ਵੀ ਇਹ ਗਾਉਣ ਵਜਾਉਣ ਵਾਲੇ ਪਾਰਟੀਆਂ ਹੀ ਨਹੀਂ ਚਲਾ ਸਕਦੇ ਇਹ ਮੂਸੇ ਵਾਲੇ ਦੇ ਕੁੱਟੇ ਵੇ ਆ ਜਿਵੇਂ ਆਪੋ ਕਹਿ ਨਹੀਂ ਦਿੰਦੇ ਹੁੰਦੇ ਵੀ ਜਿਵੇਂ ਚਿੜੀ ਪਾਣੀ ਪੂਣੀ 'ਚ ਭੱਜੀ ਜਾਂਦੀ ਆ ਖੰਭ ਜਿਹੇ ਖਲੇਰੀ ਜਾਂਦੀ ਹੁੰਦੀ ਆ ਉਵੇਂ ਮੂਸੇ ਵਾਲੇ ਦੇ ਕੁੱਟੇ ਵੇ ਉਹ ਕਿਸੇ ਦਾ ਗਾਣਾ ਨਹੀਂ ਚੱਲਣ ਦਾ ਸਾਰੇ ਤੇਰੇ ਕੰਨੀ ਆਉਣਗੇ ਜੇ ਹੁਣ ਤੈਨੂੰ ਐਂ ਲੱਗਦਾ ਵੀ ਸਿੰਗਰਾਂ ਨੂੰ ਟਿਕਟਾਂ ਦੇਣੀਆਂ ਚਾਹੀਦੀਆਂ ਫਿਰ ਤੂੰ ਟਿਕਟ ਮੈਨੂੰ ਵੀ ਦੇ ਕਿਉਂਕਿ ਫਿਰ ਮੈਂ ਤਾਂ ਸਿੰਗਰਾਂ ਨਾਲ ਬਾਹਰ ਤਕੜਾ ਪੰਜਾਬੀ ਪ੍ਰਸਿੱਧ ਗਾਇਕਾ ਅਨਮੋਲ ਗਗਨ ਮਾਨ ਸਿਆਸਤ 'ਚ ਕਦਮ ਰੱਖਣ ਜਾ ਰਹੀ ਹੈ ਜੀ ਹਾਂ ਅਨਮੋਲ ਗਗਨ ਮਾਨ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਰਹੀ ਹੈ ਇਸੇ ਦੌਰਾਨ ਗਾਇਕ ਅਤੇ ਅਦਾਕਾਰ ਜਗਦੀਪ ਰੰਧਾਵਾ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਭਗਵੰਤ ਮਾਨ ਨੂੰ ਦੇਸੀ ਰਾਜ ਦਿੰਦੇ ਹੋਏ ਕਿਹਾ ਕਿ ਗਗਨ ਕੋਕਰੀ ਜੱਸੀ ਗਿੱਲ ਪਰਮੇਸ਼ ਵਰਮਾ ਵਰਗੇ ਕਲਾਕਾਰਾਂ ਨੂੰ ਸਿੱਧੂ ਮੂਸੇਵਾਲਾ ਨੇ ਫੇਲ ਕਰ ਦਿੱਤਾ ਹੈ ਹੁਣ ਇਹਨਾਂ ਕਲਾਕਾਰਾਂ ਦਾ ਸੰਗੀਤ ਜਗਤ ਸਿੱਕਾ ਨਹੀਂ ਚੱਲ ਰਿਹਾ ਇਹਨਾਂ ਕਲਾਕਾਰਾਂ ਦਾ ਦਿਲ ਤਾਂ ਚਿੜੀ ਦੇ ਬੱਚੇ ਜਿੰਨਾ ਹੁੰਦਾ ਹੈ ਲੀਡਰਾਂ ਨੂੰ ਤਾਂ ਕਾਲੇ ਪਾਣੀ ਦੀ ਸ਼ਜ਼ਾਬ ਵੀ ਕੱਟਣੀ ਪੈਂਦੀ ਹੈ ਰਾਤ ਨੂੰ ਪੱਲੀਆਂ ਵਸਾ ਕੇ ਬੈਠਣਾ ਪੈਂਦਾ ਹੈ ਯਾਨੀ ਕਿ ਧਰਨੇ ਲਾਉਣੇ ਪੈਂਦੇ ਹਨ ਗਾਉਣ ਵਜਾਉਣ ਵਾਲੇ ਪਾਰਟੀਆਂ ਨਹੀਂ ਚਲਾ ਸਕਦੇ ਦੱਸਣਯੋਗ ਹੈ ਕਿ ਇਹ ਕੋਈ ਪਹਿਲੀ ਵਾਰ ਨਹੀਂ ਜਦੋਂ ਕੋਈ ਸੈਲੀਬ੍ਰਿਟੀ ਸਿਆਸਤ 'ਚ ਕਦਮ ਰੱਖ ਰਿਹਾ ਹੋਵੇ ਇਸ ਤੋਂ ਪਹਿਲਾਂ ਵੀ ਸੰਨੀ ਦਿਓਲ ਇਰਫਾਨ ਪਠਾਨ ਅਤੇ ਹੰਸਰਾਜ ਹੰਸ ਵਰਗੇ ਕਈ ਸਿਆਸਤ ਨਾਲ ਜੁੜ ਚੁੱਕੇ ਹਨ ਲਾ ਵੀ ਗੱਲ ਸੁਣ ਲਓ ਭਰਾਵੋ ਭਗਵੰਤ ਮਾਨ ਹੈਗਾ ਆਪਣਾ ਪੱਕਾ ਮਿੱਤਰ ਆ ਮੈਥੋਂ ਬਹੁਤ ਸਿਆਣਾ ਆਪਾਂ ਇੱਕ ਆਮ ਜੇ ਦੇਸੀ ਜੀ ਰਾਏ ਦੇਣੀ ਆ ਭਗਵੰਤ ਮਾਨ ਨੂੰ ਮੈਥੋਂ ਬਹੁਤ ਜ਼ਿਆਦਾ ਸਿਆਣਾ ਕਿਉਂਕਿ ਉਹਨੇ ਦੋ ਤਿੰਨ ਵਾਰੀ ਢੀਂਡਸੇ ਦਾ ਪਤੀਲਾ ਮਾਂਜਿਆ ਵਿਆ ਉਹ ਬਹੁਤ ਸਿਆਣਾ ਬੰਦਾ ਗਾ ਠੀਕ ਆ ਪਰ ਇੱਕ ਮੇਰੀ ਦੇਸੀ ਜੀ ਰਾਏ ਆ ਵੀ ਭਰਾਵਾ ਭਗਵੰਤ ਮਾਨਾ ਮੈਂ ਤੈਨੂੰ ਅਨਮੋਲ ਗਗਨ ਮਾਨ ਨੇ ਅੱਜ ਪਾਰਟੀ ਜੁਆਇਨ ਕਰ ਲਈ ਸਿੰਗਰ ਨੇ ਚਲੋ ਕੋਈ ਗੱਲ ਨਹੀਂ ਕਰ ਲਈ ਪਾਰਟੀ ਜੁਆਇਨ ਵਧੀਆ ਹੋ ਗਿਆ ਪਰ ਭਗਵੰਤ ਮਾਨ ਬਾਈ ਗੱਲ ਸੁਣ ਲੈ ਇੱਕ ਇਹ ਜਿੰਨੇ ਵੀ ਸਿੰਗਰ ਆ ਗਗਨ ਕੋਕਰੀ ਪਰਮੇਸ਼ ਵਰਮਾ ਜੱਸੀ ਗਿੱਲ ਵਰਗੇ ਕੋਈ ਦੱਸੋ ਪਟਿਆਲੇ ਤੋਂ ਟਿਕਟ ਭਾੜੂ ਕੋਈ ਮੋਗੇ ਤੋਂ ਭਾੜੂ ਇਹ ਹੋ ਗਏ ਵਿਹਲੇ ਕਿਉਂਕਿ ਇਹਨਾਂ ਨੂੰ ਠੋਕਤਾ ਮੂਸੇ ਵਾਲੇ ਨੇ ਜਿਵੇਂ ਸਾਡਾ ਪਿੱਛੋ ਵਾਲਾ ਸੀਰਾ ਇੱਧਰ ਜਾਫੀਆ ਬਠਿੰਡੇ ਜ਼ਿਲ੍ਹੇ ਦਾ ਮਾਰਦਾ ਰੇਡਰ ਦੇ ਧੌਲਾ ਕਰਕੇ ਧੌਲ ਝੌਲਾ ਝੌਲਾ ਜਿਹਾ ਨਹੀਂ ਦੀਦਾ ਹੁੰਦਾ ਉਵੇਂ ਸਿੰਗਰਾਂ ਨੂੰ ਮੂਸੇ ਵਾਲੇ ਨੇ ਦਿਸਣ ਲੱਗਦਾ ਝੌਲਾ ਝੌਲਾ ਜਿਹਾ ਉਹਨਾਂ ਨੂੰ ਐਂ ਨਹੀਂ ਪਤਾ ਲੱਗਦਾ ਸੀ ਵੀ ਜਾਈਏ ਕਿੱਧਰ ਨੂੰ ਉਹ ਪਤੰਦਰ ਹੁਣ ਤੇਰੇ ਕੋਲ ਆ ਕੇ ਡਿੱਗਣਗੇ ਓਏ ਭਰਾਵਾ ਆੜਾ ਦੇਖ ਕੇ ਇਹਨਾਂ ਨੂੰ ਸਾਵਲ ਕਰ ਸਿੰਗਰ ਇਹ ਕੰਮ ਨਹੀਂ ਕਰ ਸਕਦੇ ਹੁੰਦੇ ਇਹਨਾਂ ਦਾ ਦਿਲ ਤਾਂ ਚਿੜੀ ਦੇ ਬੱਚੇ ਏਡਾ ਹੁੰਦਾ ਯਾਰ ਕਰ ਨਾ ਤਾਂ ਇਹ ਕੋਈ ਕੁਰਬਾਨੀ ਦੇ ਸਕਦੇ ਹੁੰਦੇ ਆ ਕਿਉਂਕਿ ਪਾਰਟੀ ਪਿੱਛੇ ਤਾਂ ਐਂ ਨਹੀਂ ਪਤਾ ਠਾਣੇ ਜਾਣਾ ਪਏ ਪੰਜਾਬੀ ਮਾਂ ਬੋਲੀ ਲਈ ਐਸ ਵਾਈ ਲਈ ਨਹਿਰ ਲਈ ਚੰਡੀਗੜ੍ਹ ਰਾਜਧਾਨੀ ਲਈ ਵੀ ਜਦੋਂ ਸੰਘਰਸ਼ ਕਰਨਾ ਪੈ ਜਾਂਦਾ ਉਦੋਂ ਪੁਲਿਸਾਂ ਨਾਲ ਵੀ ਪੰਗੇ ਪੈਂਦੇ ਆ ਰਾਤ ਨੂੰ ਪੱਲੀਆਂ ਵੀ ਵਸਾਉਣੀਆਂ ਪੈਂਦੀਆਂ ਕਾਲੇ ਪਾਣੀ ਦੀ ਸਜ਼ਾ ਵੀ ਕੱਟਣੀ ਪੈਂਦੀ ਆ ਜੇਲ੍ਹਾਂ 'ਚ ਵੀ ਜਾਣਾ ਪੈਂਦਾ ਇਹ ਸਿੰਗਰਾਂ ਦਾ ਦਿਲ ਹੁੰਦਾ ਚਿੜੀ ਦੇ ਬੱਚੇ ਏਡਾ ਤਾਂ ਕੈਮਰੇ ਕੂਮਰੇ ਮੂਹਰੇ ਐਕਟਿੰਗ ਕਰਕੇ ਰੋਣ ਵਾਲੇ ਹੁੰਦੇ ਤਾਂ ਮਾੜੇ ਨਾ ਰੋਣ ਲੱਗ ਜਾਂਦੇ ਤਾਂ ਤਾਰੇ ਦੇਖ ਕੇ ਗਾਣਾ ਲਿਖ ਕੇ ਰੋਣ ਲੱਗ ਜਾਂਦੇ ਆ ਇਹ ਭਰਾਵਾ ਇਹ ਨਹੀਂ ਹੁੰਦੇ ਪਾਰਟੀਆਂ ਬੂਟਿਆਂ ਵਾਲੇ ਇਹਨਾਂ ਨੂੰ ਦੇਖ ਕੇ ਪਾਰਟੀਆਂ ਬੂਟਿਆਂ 'ਚ ਵਾੜ ਤੇਰੇ ਕੋਲ ਬੰਦੇ ਬਥੇਰੇ ਹੈਗੇ ਨਵਜੋਤ ਮਹਿਤੇ ਵਰਗੇ ਹੋਰ ਥੱਲੇ ਕਿੱਦਾਂ ਦਾ ਐਕਸਪੀਰੀਅੰਸ ਹੈ ਕਿੱਦਾਂ ਦੀ ਆਵਾਂ ਦੀ ਪਾਰਟੀ ਬਣੀ ਆ ਲੋਕਾਂ 'ਚ ਵਿਚਰਦੇ ਆ ਉਹਨਾਂ ਨੂੰ ਤੂੰ ਮੂਹਰੇ ਲਿਆ ਉਹਨਾਂ ਨੂੰ ਟਿਕਟਾਂ ਟੁਕਟਾਂ ਦੇ ਸਿੰਗਰਾਂ ਸੁੰਗਰਾਂ ਦਾ ਨਹੀਂ ਸੈੱਟ ਆਉਂਦਾ ਇਹਨਾਂ ਕੋਲ ਤਾਂ ਬਾਂਸਰ ਬੂਸਰ ਜੇ ਹੁੰਦੇ ਤਾਂ ਪਹਿਲੀ ਗੱਲ ਫੋਟੋ ਨਹੀਂ ਖਿਚਾਉਣ ਦਿੰਦੇ ਇਹ ਆਮ ਲੋਕਾਂ 'ਚ ਕਿੱਥੇ ਵਗ ਜਾਣਗੇ ਸਾਨੂੰ ਤਾਂ MLA ਉਹੋ ਜਿਹੇ ਚਾਹੀਦੇ ਜਿਹੜੇ ਸਾਡੇ ਨਾਲ ਵੱਟਾਂ ਕਢਾਉਣ ਭਗਵੰਤ ਮਾਨ ਬਾਈ ਤੂੰ ਮੇਰਾ ਮਿੱਤਰ ਆ ਤੈਨੂੰ ਮੈਂ ਦੁਆ ਕਰਦਾ ਵੀ ਤੈਨੂੰ ਮੈਂ ਉੱਦਾਂ ਮਿਲੂੰਗਾ ਜਦੋਂ ਤੂੰ ਮੁੱਖ ਮੰਤਰੀ ਬਣ ਗਿਆ ਪਰ ਆਹ ਗੱਲਾਂ ਕੰਨੀ ਗੌਰ ਰੱਖੀ ਵੀ ਇਹ ਗਾਉਣ ਵਜਾਉਣ ਵਾਲੇ ਪਾਰਟੀਆਂ 'ਚ ਨਹੀਂ ਚਲਾ ਸਕਦੇ ਜਿਵੇਂ ਹੁਣ ਬਾਦਲ ਨੇ ਸਦੀਕ ਨੂੰ ਕਿਹਾ ਸੀ ਕਹਿੰਦਾ ਵੀ ਤੂੰ ਤਾਂ ਗਾਉਣ ਵਜਾਉਣ ਜੇ ਵਾਲਾ ਉਹ ਕੰਮ ਜਾਂ ਤੈਨੂੰ ਮੈਂ ਕਹਿਣਾ ਵੀ ਭਾਈ ਤੂੰ ਤਾਂ ਬੰਦਾ ਹੈ ਤਾਂ ਤੂੰ ਗਾਉਣ ਵਜਾਉਣ ਵਾਲੀ ਤੂੰ ਹੈਗਾ ਸੀ ਖਿਡਾਰੀ ਭਗਵੰਤ ਮਾਨਾ ਤੂੰ ਤਾਂ ਪੂਰਾ ਸਿਰਾ ਰਾਜਨੀਤਿਕ ਬੰਦਾ ਗਾ ਤੇਰੇ ਵਰਗਾ ਤਾਂ ਕੌਣ ਆ ਤੂੰ ਤਾਂ ਲੀਡਰ ਥੱਲੇ ਲਾੜੇ ਸਾਰੇ ਯਾਰ ਇਹ ਮੂਸੇ ਵਾਲੇ ਦੇ ਕੁੱਟੇ ਵੇ ਆ ਜਿਵੇਂ ਆਪੋ ਕਹਿ ਨਹੀਂ ਦਿੰਦੇ ਹੁੰਦੇ ਵੀ ਜਿਵੇਂ ਚਿੜੀ ਪਾਣੀ ਪੂਣੀ 'ਚ ਭੱਜੀ ਜਾਂਦੀ ਆ ਖੰਭ ਜੇ ਖਲੇਰੀ ਜਾਂਦੀ ਹੁੰਦੀ ਆ ਉਵੇਂ ਮੂਸੇ ਵਾਲੇ ਦੇ ਕੁੱਟੇ ਵੇ ਉਹ ਕਿਸੇ ਦਾ ਗਾਣਾ ਨਹੀਂ ਚੱਲਣ ਦਾ ਸਾਰੇ ਤੇਰੇ ਕੰਨੀ ਆਉਣਗੇ ਤੈਨੂੰ ਪਰਮੇਸ਼ ਵਰਮਾ ਕੋਈ ਮੈਨੂੰ ਪਟਿਆਲੇ 'ਚ ਟਿਕਟ ਦੇਵੇ ਗਗਨ ਕੋਕਰੀ ਮੋਗੇ 'ਤੇ ਭਾਲੂ ਇਹ ਸਾਰੇ ਤੇਰੇ ਕੋਲ ਪਹੁੰਚਣਗੇ ਇਸ ਲਈ ਬਾਈ ਦੇਖ ਕੇ ਸਿੰਗਰਾਂ ਸੁੰਗਰਾਂ ਦਾ ਘੱਟ ਹੀ ਉਹ ਕਰ ਇਹ ਕੁਰਬਾਨੀ ਦੇਣ ਵਾਲੇ ਨਹੀਂ ਹੁੰਦੇ ਇਹਦਾ ਚਿੜੀ ਦੇ ਬੱਚੇ ਜਿਹੜਾ ਦਿਲ ਹੁੰਦਾ ਯਾਰ ਮਾੜੇ ਨਾ ਰੋਣ ਲੱਗ ਜਾਂਦਾ ਐਕਟਰ ਬੰਦੇ ਹੁੰਦੇ ਆ ਯਾਰ ਇਹਦਾ ਜਿਵੇਂ 100 ਪੀਸ ਪੀਸ 'ਚ ਆਏ ਆਪਾਂ ਫੁੱਲ ਜਾਂ ਨਹੀਂ ਦਿਖਾਉਂਦੇ ਉਵੇਂ ਮੇਕਅਪ ਕਰਕੇ ਤਾਂ ਟੌਰੀ ਜਿਹੇ ਬੰਦੇ ਹੁੰਦੇ ਆ ਯਾਰ ਇਹਦਾ ਸਾਡੇ ਵਰਗੇ ਚਾਹੀਦੇ ਕੱਦੂ ਕੁੱਦੂ 'ਚ ਲਿਬੜਨ ਵਾਲੇ ਜੇ ਹੁਣ ਤੈਨੂੰ ਐਂ ਲੱਗਦਾ ਵੀ ਸਿੰਗਰਾਂ ਨੂੰ ਟਿਕਟਾਂ ਦੇਣੀਆਂ ਚਾਹੀਦੀਆਂ
फिर तू टिकट मैनू भी दे क्योंकि फिर मैं तो सिंगरों ना बहुत तगड़ा मतलब पंजाब के सारे मुद्दे पानी बोली सारे कहते बोलदा मैनू एक टिकट नहीं फिर मैं तू तीन टिकट दे मैं पत्रकार की मैं सारा पंजाब कही जाता भी तू हरेक मुद्दे से बोलदा फिर मैं तो दो तीन टिकट दे दे वधिया रहेगा इसलिए भगवंत मान भाई तेरे नाल आ पर मेरी पार्टी कोई नहीं मैं सच्चे बंदे नाल आ मैं आम उमा की पार्टी किसी पार्टी च नहीं मैं काम करता भगवंत मान भाई पर तेन मैं मुख्यमंत्री देखना चाहना कि तू पंजाब के भले लिए काम करता ठीक है पर भरावा सिंगर रलाउण तो गुरेज कर ये तेरे को ही आने सारे फलाप हो गए मूसे वाले ने अंडाटरी बलंडे तो